ਇੱਕੋ ਸੜਕ ਤੇ ਹੋਏ ਦੋ ਵੱਡੇ ਹਾਦਸੇ। ਪਹਿਲਾਂ ਪਲਟਿਆ ਫੌਜੀਆਂ ਦਾ ਟਰੱਕ, ਫਿਰ ਆਪਸ ਚ ਭਿੜ ਗਏ ਟਰੱਕ ਤੇ ਟਿੱਪਰ। ਦੱਸ ਦਈਏ ਕਿ ਇੱਕੋ ਸੜਕ ਤੇ ਦੋ ਵੱਡੇ ਹਾਦਸੇ ਹੋਏ ਨੇ, ਜਿੱਥੇ ਇੱਕ ਪਾਸੇ ਤਾਂ ਫੌਜੀਆਂ ਦਾ ਟਰੱਕ ਪਲਟ ਜਾਂਦਾ ਹੈ ਤੇ ਕੁਝ ਹੀ ਦੂਰੀ ਤੇ ਇੱਕ ਟਰੱਕ ਅਤੇ ਟਿੱਪਰ ਦੀ ਭਿਆਨਕ ਟੱਕਰ ਹੋ ਜਾਂਦੀ ਹੈ। ਤਾਂ ਹਾਦਸੇ ਦੋਨੇ ਕਾਫੀ ਭਿਆਨਕ ਸੀ, ਜਿੱਥੇ ਫੌਜੀਆਂ ਦਾ ਟਰੱਕ ਪਲਟ ਜਾਂਦਾ ਹੈ ਤੇ ਮੌਕੇ ਤੇ ਜੇਸੀਬੀ ਦੀ ਮਸ਼ੀਨ ਦੇ ਰਾਹੀਂ ਉਹਨਾਂ ਨੂੰ ਸਿੱਧਾ ਕੀਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਇਹਨਾਂ ਦਾ ਚਾਲਕ ਹੈ ਜੋ ਸੰਤੁਲਨ ਖੋ ਦਿੰਦਾ ਟਰੱਕ ਤੋਂ, ਜਿਸ ਤੋਂ ਬਾਅਦ ਇਹ ਡਿਵਾਈਡਰ ਦੇ ਵਿੱਚ ਜਾ ਵੱਜਦਾ, ਜਿਸ ਕਾਰਨ ਇਹ ਮੌਕੇ ਤੇ ਹੀ ਪਲਟ ਜਾਂਦਾ ਹੈ। ਤਾਂ ਫਿਰ ਜੇਸੀਬੀ ਦੀ ਮਸ਼ੀਨ ਦੇ ਨਾਲ ਇਸ ਨੂੰ ਸਿੱਧਾ ਕਰਵਾਇਆ ਜਾਂਦਾ ਹੈ। ਤਾਂ ਪੂਰਾ ਮਾਮਲਾ ਟਾਂਡਾ ਤੋਂ ਦੱਸਿਆ ਜਾ ਰਿਹਾ ਹੈ, ਜਿੱਥੇ ਪੂਰੇ ਹਾਦਸੇ ਦੇ ਵਿੱਚ 4 ਜਵਾਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਉੱਥੇ ਹੀ ਦੂਸਰੇ ਪਾਸੇ ਟਰੱਕ ਅਤੇ ਟਿੱਪਰ ਦੀ ਟੱਕਰ ਦੇ ਕਾਰਨ ਵੀ ਭਾਰੀ ਨੁਕਸਾਨ ਹੋਇਆ, ਜਿਸ ਦੇ ਵਿੱਚ ਟਿੱਪਰ ਚਾਲਕ ਗੰਭੀਰ ਜ਼ਖਮੀ ਹੋਇਆ। ਤਾਂ ਆਮੋ ਸਾਹਮਣੇ ਤੋਂ ਇਹਨਾਂ ਦੀ ਟੱਕਰ ਹੋਈ, ਜਿਸ ਕਰਕੇ ਇਹਨਾਂ ਦਾ ਵੀ ਕਾਫੀ ਨੁਕਸਾਨ ਹੋ ਗਿਆ। ਤਾਂ ਹਾਦਸੇ ਤੋਂ ਬਾਅਦ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਸੀ। ਤਾਂ ਇੱਕ ਪਾਸੇ ਤਾਂ ਫੌਜੀਆਂ ਦਾ ਟਰੱਕ ਪਲਟਿਆ, ਜੋ ਕਿ ਪਹਿਲਾਂ ਡਿਵਾਈਡਰ ਦੇ ਨਾਲ ਟਕਰਾਉਂਦਾ ਹੈ ਤੇ ਫਿਰ ਇਹ ਪਲਟ ਜਾਂਦਾ, ਜਦਕਿ ਦੂਸਰੇ ਪਾਸੇ ਇੱਕ ਟਰੱਕ ਅਤੇ ਟਿੱਪਰ ਦੀ ਟੱਕਰ ਹੋਈ ਹੈ, ਜਿਸ ਕਰਕੇ ਭਾਰੀ ਨੁਕਸਾਨ ਹੋ ਗਿਆ ਤੇ ਟਿੱਪਰ ਚਾਲਕ ਗੰਭੀਰ ਜ਼ਖਮੀ ਹੋ ਜਾਂਦਾ। ਆਪਣਾ ਨਾਮ ਕੀ ਨਾਮ ਤੁਹਾਡਾ? ਪਲਟੀ ਦੀ ਸੀ, ਉਹ ਘਰ ਦੇ ਹੀ ਸਿੱਧੀ ਕੀਤੀ, ਆਪਾਂ ਪੁਲ ਦੇ ਉੱਤੇ ਮੋੜ ਲਈ ਗੱਡੀ, ਮੁੜਦੇ ਸਰਵਿਸ ਆਣੀ ਪਿਛਲੇ ਰੋਡ ਦੀ ਸਰਵਿਸ ਨਹੀਂ ਲੈਣ ਦੀ, ਮੈਂ ਇੱਧਰੋਂ ਉਹ ਵੀ ਲੈਣ ਚਾਲੂ ਹੋ ਗਈ। ਇਹ ਮੈਂ ਇੱਥੇ ਆ ਰਹੇ ਨੇ, ਕੈਂਟਰ ਵਾਲੇ ਨੇ ਆ ਟਪਾਈ ਗੱਡੀ, ਮੈਂ ਬਥੇਰੀ ਬ੍ਰੇਕ ਮਾਰੀ। ਉਹ ਬੰਦਾ ਰੋਂਗ ਸਾਈਡ ਸੀਗਾ? ਹਾਂਜੀ, ਉੱਧਰੋਂ ਆ ਰਹੇ ਕਰਲੀ ਸਾਡੋ। ਅੱਛਾ, ਆਪਣੀ ਸਾਈਡ ਦੇ ਵਿੱਚ ਆ ਗਿਆ, ਬਚਾਅ ਹੋ ਗਿਆ। ਵੈਸੇ ਕੋਈ ਜ਼ਿਆਦਾ ਸੱਟਾਂ ਤਾਂ ਲੱਗੀਆਂ? ਤੁਸੀਂ ਕਿੰਨੇ ਜਾਣੇ ਸੀਗੇ? ਮੈਂ ਸਰ ਇਕੱਲਾ ਹੀ ਹਾਂ। ਤੇ ਇਹ ਦੂਸਰੀ ਗੱਡੀ ਵਾਲੇ? ਇਹਦਾ ਰੇਟ ਕਈ ਬੰਦਾ, ਇੱਕ ਵੀ ਤਾਰਾ ਇੱਥੇ ਡਿੱਗਿਆ ਸੀ ਪਾਣੀ, ਉਹ ਇੱਧਰੋਂ ਹੋਰ ਕਿੱਧਰ ਪਿਆ ਸੀ। ਬਚਾਅ ਹੋ ਗਿਆ ਦੋਨਾਂ ਦਾ ਨਾ? ਤਿੰਨ ਮਰੀਜ਼ ਸਾਡੇ ਕੋਲ ਆਏ ਜਿਹਨਾਂ ਦਾ ਐਕਸੀਡੈਂਟ ਚਾਚਾ ਬਾਈਪਾਸ ਕੋਲ ਹੋਇਆ। ਉਹਨਾਂ ਦਾ ਨਾਮ ਬਲਵਿੰਦਰ ਸਿੰਘ, ਸਿਮਰਨਜੀਤ ਸਿੰਘ ਅਤੇ ਵਿਸ਼ਰਾਮ ਸਿੰਘ। ਬਲਵਿੰਦਰ ਸਿੰਘ ਦੇ ਬਾਕੀ ਜਿਹੜੇ ਦੋ ਮਰੀਜ਼ ਹੈ ਉਹਨਾਂ ਦੇ ਇੰਜਰੀ ਜ਼ਿਆਦਾ ਨਹੀਂ ਹਨ, ਪਰ ਜਿਹੜਾ ਬਲਵਿੰਦਰ ਸਿੰਘ ਹੈ ਉਹਦੇ ਜ਼ਰੂਰ ਸੱਟ ਸਿਰ 'ਤੇ ਹੈਗੀ ਹੈ। ਆਪਣੇ ਕੋਲ ਉਹਦੇ ਸੱਟ, ਉਹਦੇ ਫ੍ਰੈਕਚਰ ਲੱਗ ਰਿਹਾ ਸਾਨੂੰ, ਅਤੇ ਉਹਨੂੰ ਅਸੀਂ ਰੈਫਰ ਕੀਤਾ ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ। ਬਾਕੀ ਦੋ ਪੇਸ਼ੈਂਟ ਸਟੇਬਲ ਹੈਗੇ, ਅਸੀਂ ਆਪਣੇ ਕੋਲ ਰੱਖਾਂਗੇ ਥੋੜ੍ਹੀ ਦੇਰ, ਫਿਰ ਦੇਖਦੇ ਹੋਏ ਹੋਰ ਟ੍ਰੀਟਮੈਂਟ ਕਰਨਾ ਹੋਏਗਾ ਤਾਂ ਕਰਾਂਗੇ। ਅਤੇ ਜੋ ਕਿ ਉਹਦੇ ਵਿੱਚ ਡਿਵਾਈਡਰ ਦੇ ਨਾਲ ਆ ਕੇ ਤਾਂ ਉਹ ਗੱਡੀ ਪਲਟ ਗਈ, ਅਤੇ 3-4 ਫੌਜ ਦੇ ਵਿੱਚ ਜਵਾਨ ਸੀਗੇ ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ, ਅਤੇ ਇਹਨੂੰ ਫਸਟ ਏਡ ਦੇ ਕੇ ਗੱਡੀ ਕਰੇਨ ਨਾਲ ਚੁਕਵਾ ਕੇ ਅਤੇ ਰੋਡ ਕਲੀਅਰ ਕਰਵਾਇਆ ਗਿਆ।